ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ 29 ਜਨਵਰੀ ਹੈ। ਆਓ ਆਪਾਂ ਸਾਰੇ ਰਲ ਮਿਲ ਕੇ 29 ਜਨਵਰੀ ਦਾ ਇਤਿਹਾਸ ਸਰਵਣ ਕਰੀਏ। ਅੱਜ ਦੀ ਘਟਨਾ ਵੀ ਗਦਰੀਆਂ ਦੁਆਰਾ ਡਾਕੇ ਮਾਰ ਕੇ ਇਨਕਲਾਬ ਵਾਸਤੇ ਪੈਸੇ ਇਕੱਠੇ ਕਰਨ ਦੇ ਫੈਸਲੇ ਦੀ ਇੱਕ ਕੜੀ ਹੈ। ਅੱਜ ਦੇ ਦਿਨ 29 ਜਨਵਰੀ 1915 ਨੂੰ ਪਿੰਡ ਝਨੇਰ ਰਿਆਸਤ ਮਲੇਰਕੋਟਲਾ ਵਿੱਚ ਡਾਕਾ ਮਾਰਿਆ ਗਿਆ। ਸੁੰਦਰ ਸਿੰਘ ਪਟਿਆਲਾ ਨੇ ਘਰ ਵਿਖਾਇਆ। ਭਾਈ ਗਾਂਧਾ ਸਿੰਘ ਛੱਤ 'ਤੇ ਚੜ੍ਹ ਗਏ। ਕਰਮ ਸਿੰਘ ਅਤੇ ਨੰਦ ਸਿੰਘ ਘਰ ਦੇ ਨੇੜੇ ਵਾਲੀ ਗਲੀ ਦੇ ਵਿੱਚ ਪਹਿਰਾ ਦੇ ਰਹੇ ਸਨ। ਇਨਕਲਾਬੀਆਂ ਨੇ ਹੋਕਾ ਦਿੱਤਾ ਕਿ ਉਹ ਕੇਵਲ ਅੰਗਰੇਜ਼ਾਂ ਨੂੰ ਦੇਸ਼ੋਂ ਕੱਢਣ ਵਾਸਤੇ ਪੈਸੇ ਇਕੱਠੇ ਕਰ ਰਹੇ ਹਨ, ਲੋਕ ਘਬਰਾਉਣ ਨਾ, ਇੱਥੋਂ 16 ਸੇਰ ਚਾਂਦੀ ਅਤੇ 7 ਤੋਲੇ ਸੋਨਾ ਹੱਥ ਲੱਗਾ। ਇਸ ਬਾਣੀਏ ਦਾ ਘਰ ਲੁੱਟ ਕੇ ਇਨਕਲਾਬੀ ਇੱਕ ਹੋਰ ਘਰ ਵਿੱਚ ਵੀ ਗਏ। ਪਾਠਕ ਡਾਕਿਆਂ ਬਾਰੇ 23 ਤੋਂ 27 ਜਨਵਰੀ ਦੇ ਉਲੇਖ ਨੂੰ ਦੁਬਾਰਾ ਪੜ੍ਹ ਦੇਣ। ਗੁਰੂ ਪਿਆਰੀ ਸਾਧ ਸੰਗਤ ਜੀ, ਪੜ੍ਹਨ ਅਤੇ ਸੁਣਨ ਦੇ ਵਿੱਚ ਸ਼ਾਇਦ ਇਹ ਇਤਿਹਾਸ 1-2 ਦਿਨਾਂ ਦਾ ਗਦਰੀਆਂ ਦੁਆਰਾ ਡਾਕੇ ਮਾਰਨ ਦਾ ਹਾਸੋਹੀਣਾ ਲੱਗੇਗਾ, ਪਰ ਸਾਧ ਸੰਗਤ ਜੀ ਦੇਖੋ, ਇਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ, ਅੰਗਰੇਜ਼ਾਂ ਦੇ ਵਿਰੁੱਧ ਲੜਨ ਦੇ ਲਈ ਇਹ ਸਾਰਾ ਕੁਝ ਕੀਤਾ ਗਾ। ਅਸੀਂ ਕਹਿ ਸਕਦੇ ਹਾਂ ਕਿ ਇਹ ਕੋਈ ਚੰਗਾ ਕੰਮ ਨਹੀਂ, ਪਰ ਗੁਰੂ ਪਿਆਰਿਓ, ਇਹਨਾਂ ਨੇ ਜੋ ਵੀ ਕੁਝ ਕੀਤਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੀਤਾ। ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਦਾ ਇਤਿਹਾਸ ਸਰਵਣ ਕੀਤਾ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।